ਜਿਵੇਂ ਸਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਦਾ ਅਤੇ ਮਾਨਯੋਗ ਡੀ ਜੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਹਨ ਕਿ ਨਸ਼ਾ ਜਿਹੜਾ ਹੈਗਾ ਸਾਡਾ ਮੇਨ ਮੁੱਦਾ ਹੈਗਾ ਅਤੇ ਇਹਦੇ ਸੰਬੰਧ 'ਚ ਸਾਨੂੰ ਇੱਕ ਕੱਲ੍ਹ 13/9/2022 ਨੂੰ ਇੱਕ ਬਹੁਤ ਵੱਡੀ ਕਾਮਯਾਬੀ ਸਾਡੀ ਜਲੰਧਰ ਪੁਲਿਸ ਅਤੇ ਸਬ ਡਿਵੀਜ਼ਨ ਸ਼ਾਹਕੋਟ ਨੂੰ ਪ੍ਰਾਪਤ ਹੋਈ ਹੈ। ਸਪੈਸ਼ਲ ਨਾਕਾਬੰਦੀ ਜਿਹੜੀ ਸੀਗੀ ਉਹ ਜਿਹੜਾ ਸਾਡਾ ਹਾਈਟੈਕ ਨਾਕਾ ਹੈਗਾ ਉੱਥੇ ਲੱਗੀ ਹੋਈ ਸੀਗੀ। ਡਿਊਰਿੰਗ ਨਾਕਾਬੰਦੀ ਸਾਨੂੰ ਕਾਮਯਾਬੀ ਮਿਲੀ ਹੈਗੀ ਹੈ ਜੀ। ਉੱਥੇ ਇੱਕ ਸ਼ੱਕੀ ਗੱਡੀ ਸੀਗੀ ਜੀ, ਉਹਦੇ ਵਿੱਚੋਂ ਸਾਨੂੰ 3 ਕਿਲੋ ਅਫੀਮ ਬਰਾਮਦ ਹੋਈ ਹੈ ਅਤੇ ਉਹਦੇ ਵਿੱਚ ਜਿਹੜੇ ਦੋ ਜਿਹੜੇ ਅਕਿਊਜ਼ ਸੀਗੇ ਮਨਦੀਪ ਸਿੰਘ ਅਤੇ ਬੂਟਾ ਸਿੰਘ, ਉਹਨਾਂ ਕੋਲੋਂ ਸਾਨੂੰ ਇਹ ਬਰਾਮਦ ਹੋਈ ਹੈ। ਦੋਨੋਂ ਇਹ ਹੈਗੇ ਨੇ ਮੋਗੇ ਦੇ ਰਹਿਣ ਵਾਲੇ ਨੇ ਅਤੇ ਅੱਗੇ ਇਹਨਾਂ ਦਾ ਅਸੀਂ ਰਿਮਾਂਡ ਲਿਆ ਹੈਗਾ ਅਤੇ ਅੱਗੇ ਇਹਨਾਂ ਦੇ ਰਿਮਾਂਡ ਤੋਂ ਬਾਅਦ ਅਸੀਂ ਜੋ ਵੀ ਪੁੱਛਗਿੱਛ ਆਏਗਾ ਅਗਲੀ ਤਫਤੀਸ਼ ਅਮਲ 'ਚ ਲਿਆਵਾਂਗੇ ਜੀ। ਸਰ ਇਹ ਪਤਾ ਲੱਗਾ ਕਿੱਥੇ ਸਪਲਾਈ ਕਰਨ ਜਾ ਰਹੇ ਸੀ? ਅਸੀਂ ਜੀ ਇਹਨਾਂ ਦਾ ਹੁਣ ਰਿਮਾਂਡ ਲਿਆ 2 ਦਿਨ ਦਾ ਅਤੇ ਡਿਊਰਿੰਗ ਰਿਮਾਂਡ ਇਹੀ ਚੀਜ਼ਾਂ ਇਹਨਾਂ ਦਾ ਬੈਕਵਰਡ ਅਤੇ ਫੋਰਵਰਡ ਲਿੰਕੇਜਸ ਅਸੀਂ ਵੈਰੀਫਾਈ ਕਰਾਂਗੇ ਕਿੱਥੋਂ ਲਿਆਏ ਹਾਂ ਅਤੇ ਕਿੱਥੋਂ ਲੈ ਕੇ ਇਹਨਾਂ ਨੇ ਕਿੱਥੇ ਲੈ ਕੇ ਜਾਣੀ ਸੀ ਇਹ ਸਾਰਾ ਅਸੀਂ ਹੁਣ ਤਫਤੀਸ਼ 'ਚ ਵੇਖਾਂਗੇ ਜੀ। ਸਰ ਪਹਿਲਾਂ ਪਰਚਾ ਵਗੈਰਾ ਇਹਨਾਂ 'ਚੋਂ ਜਿਹੜਾ ਇੱਕ ਮਨਦੀਪ ਸਿੰਘ ਹੈਗਾ ਉਹਦੇ 'ਤੇ ਫਰੀਦਕੋਟ ਜਿਹੜਾ ਹੈਗਾ ਬਾਜਾ ਖਾਨਾ ਉੱਥੇ ਇੱਕ ਆਲਰੇਡੀ ਪਰਚਾ ਰਜਿਸਟਰਡ ਹੈ ਆਰਮਸ ਐਕਟ ਅਤੇ ਧਾਰਾ 387 5/6 34 IPC ਦਾ ਜੀ।